ਕਦੇ ਤਾਂ ਆਸ ਰਿਹਾ ਜੀ। ਅਸਲਾਮ ਵਾਲੇਕੁਮ ਰਹਿਮਤੁਲ੍ਲਾਹ। ਕਦੀ ਕਦੀ ਦੁਨੀਆਦਾਰੀ ਭੁੱਲ ਕੇ ਤੇ ਬੱਚਿਆਂ ਵਾਲੀਆਂ ਹਰਕਤਾਂ ਕਰਿਆ ਕਰੋ, ਬੱਚੇ ਬਣ ਜਾ ਕਰੋ। ਬੜਾ ਸਕੂਨ ਆ ਬਚਪਨ ਦੇ ਵਿੱਚ, ਜਿਹੜਾ ਨਾ ਬੜਾ ਸਕੂਨ ਸੀ ਬਚਪਨ ਦੇ ਵਿੱਚ। ਵੱਡਾ ਹੁੰਦਾ ਬੰਦਾ ਤੇ ਆਪਣੀਆਂ ਜ਼ਿੰਮੇਦਾਰੀਆਂ ਤੇ ਕੰਮ ਕਰੋ ਤੇ ਉਹ ਕਮਾ ਲਓ ਤੇ ਉਹ ਕਮਾ ਲਓ ਤੇ ਬੰਦਾ ਟੈਨਸ਼ਨ 'ਚ ਆ ਜਾਂਦਾ। ਅਤੇ ਅੱਜ ਅਸੀਂ ਇੱਕ ਐਸੀ ਗੇਮ ਖੇਡਣ ਲੱਗੇ ਹਾਂ ਕਿ ਤੁਸੀਂ ਨਾ ਇਸ ਤੋਂ ਪਹਿਲੇ ਅੱਜ ਤੱਕ ਕਦੀ ਉਹ ਗੇਮ ਨਹੀਂ ਵੇਖੀ ਹੋਣੀ ਅਤੇ ਚੱਸ ਆ ਜਾਣੀ ਹੈ ਤੁਹਾਨੂੰ। ਅਤੇ ਗੇਮ ਸਾਡੀ ਕੀ ਹੈ ਤੁਹਾਨੂੰ ਸਮਝਾਉਂਦੇ ਹਾਂ, ਆ ਜਾਓ। ਇਹ 5,000 ਰੁਪਈਆ ਇਨਾਮ ਦੇਵਾਂਗੇ ਇਸ ਬੰਦੇ ਨੂੰ। ਇਹ ਬੰਦਾ ਇੱਦਾਂ ਟੱਪੇਗਾ, ਚੱਲ ਟੱਪ ਬਈ। ਇਹਦਾ ਕੱਪੜਾ ਨਹੀਂ ਲੱਗਣਾ ਚਾਹੀਦਾ ਇਸ ਕੱਪੜੇ ਦੇ ਉੱਤੇ, ਨਾ ਇਹਦਾ ਕੱਪੜਾ ਨਾ ਲੱਗੇ, ਫਿਰ ਟੱਪ। ਇਹ 20 ਦਫ਼ਾ ਇੱਦਾਂ ਟੱਪੂਗਾ, ਮੈਂ ਪੰਜਾਬੀ ਬੋਲਣ ਡਿਆ ਵਾਂ, ਅਤੇ ਇਹ 20 ਦਫ਼ਾ ਇੱਦਾਂ ਟੱਪੂਗਾ। ਅਗਰ ਇਹਦਾ ਕੱਪੜਾ ਨਾ ਲੱਗਾ ਤਾਂ 5,000 ਰੁਪਈਆ ਇਹਨੂੰ ਇਨਾਮ ਦੇਵਾਂਗੇ। ਅਤੇ ਤੁਸੀਂ ਸ਼ੁਗਲ ਵੇਖਣਾ ਵਾ, ਅਤੇ ਇਸ ਬੰਦੇ ਦੀਆਂ ਅਸੀਂ ਅੱਖਾਂ ਬੰਨ ਦੇਣੀਆਂ ਨੇ। ਇਹ ਅੱਖਾਂ ਬੱਜੀਆਂ ਤੇ ਜਿਹੜਾ ਨਾ ਟੱਪੇਗਾ ਕਦੀ ਉੱਧਰ ਤੇ ਕਦੀ ਉੱਧਰ, ਲੇਕਿਨ ਕੱਪੜਾ ਵੀ ਨਹੀਂ ਲੱਗਣ ਦੇਣਾ ਇਹਨੇ। ਪਹਿਲੇ 3-4 ਦਫ਼ਾ ਉੱਦਾਂ ਹੀ ਟੱਪੇਗਾ, ਪਹਿਲੇ 3-4 ਦਫ਼ਾ ਪ੍ਰੈਕਟਿਸ ਵਾਸਤੇ ਇਹਨੂੰ ਟਪਾਉਂਦੇ, ਫਿਰ ਮੈਂ ਇਹਨੂੰ ਕੱਪੜਾ ਬੰਨਦਾ। ਚਲੋ ਜੀ, ਸ਼ੁਰੂ ਆ ਗਏ। ਚਲੋ ਬਈ, ਸ਼ੁਰੂ। ਟੱਪ, ਕੱਪੜਾ ਨਾ ਲੱਗੇ ਨਾ। 1-2 ਇਹਦੀ ਪ੍ਰੈਕਟਿਸ ਕਰਵਾ ਰਹੇ ਹਾਂ। 3 ਚਲ ਬਸ ਬਸ, ਹੁਣ ਇਹਦਾ ਨਾ ਇਹ ਇੱਥੇ ਇੱਥੇ ਕਾਬੂ ਹੋ ਜਾ ਆਪਣੀ, ਜੇ ਪ੍ਰੈਕਟਿਸ ਕਰ ਲਓ। ਹੁਣ ਇਹਦੀਆਂ ਅੱਖਾਂ ਬੰਨਦੇ ਆ, ਅੱਖਾਂ ਬੰਨ ਕੇ 5,000 ਦੇਣਾ ਕੋਈ ਐਵੇਂ ਥੋੜੀ। ਠੀਕ ਆ, ਰੈਡੀ ਹੈ ਨਾ? ਰੈਡੀ ਦਿਸੇ ਨਾ ਇਹ ਨਹੀਂ ਦੇ, ਇਸ ਬੰਦੇ ਨੂੰ ਹੁਣ ਬਿਲਕੁਲ ਨਹੀਂ ਦਿਸਦਾ। ਇੱਕ ਵਾਰੀ ਰੱਸਾ ਫੜ ਕੇ ਪ੍ਰੈਕਟਿਸ ਕਰ ਲਾ ਆਪਣੀ, ਠੀਕ ਹੈ ਨਾ? ਤੇ ਫਿਰ ਤੂੰ ਇਹਦੇ ਉੱਤੋਂ ਦੀ ਟੱਪ ਲੈ ਕੋਈ 20 ਦਫ਼ਾ ਟੱਪਣਾ ਵਾ, 20 ਦਫ਼ਾ। ਇੱਕ ਦਫ਼ਾ ਇੱਧਰ, ਇੱਕ ਫਿਰ ਇੱਧਰ ਜਾਣਾ, 2, ਤੇ ਅਗਰ ਤੂੰ ਟੱਪ ਗਿਆ 20 ਦਫ਼ਾ 5,000 ਰੁਪਈਆ ਇਨਾਮ। ਨਜ਼ਦੀਕ ਹੋਇਆ, ਰੱਸਾ ਰੱਸਾ ਫੜ ਲੈ। ਹੱਥ ਵੀ ਨਹੀਂ ਲਾਉਣਾ, ਹੱਥ ਲਾਇਆ ਤੂੰ ਹਰ ਜਾਣਾ ਹੀ, ਹੱਥ ਵੀ ਨਹੀਂ ਲਾਉਣਾ। 1, ਠੀਕ ਹੈ, 2, 3, ਸ਼ਾਬਾਸ਼, 4, 5, ਚੱਲ ਬਾਰਾਂ 13, ਵੈਰੀ ਗੁੱਡ, ਇਹਨੇ ਜੇ ਜਾਣਾ 5,000, 17,
5,000 ਰੁਪਏ ਨੂੰ ਇਨਾਮ ਮਿਲਣਾ 18 ਤੇ ਰਸੇ ਨੂੰ ਕੱਪੜਾ ਨੀ ਲੱਗਣਾ ਚਾਹੀਦਾ 19 ਇੱਕ ਰਹਿ ਗਿਆ ਹਾਂ ਇੱਕ ਰਹਿ ਗਿਆ ਇੱਕ ਚੱਲ 20 ਸ਼ਾਬਾਸ਼ ਕੋਲ ਵੇਖ ਲਾ ਅੱਛਾ ਬੰਦੇ ਨੇ 20 ਵਾਰੀ ਰਸਾ ਟੱਪਿਆ ਵਾ ਹੁਣ ਇਹਨੂੰ ਇਨਾਮ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਬਾਕੀ ਜਿੱਦਾਂ ਟੱਪਿਆ ਉਹ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਲਿਆ ਵਾ ਤੇ ਇਹ ਵੈਸੇ ਇੱਕ ਸ਼ੁਗਲ ਮੇਲਾ ਸੀ ਬਾਕੀ ਇਹਨੂੰ 500 ਰੁਪਇਆ ਦਾਂਗੇ ਇਹਦਾ 20 ਵਾਰੀ ਤੇ ਕੱਪੜਾ ਲੱਗ ਗਿਆ ਰਸੇ ਨੂੰ ਵੇਖ ਕੇ ਲੱਗ ਗਿਆ ਜਵਾਨਾਂ ਦੀ ਉਹ ਪਰੇ ਚਲ ਗਿਆ ਇਹਨੂੰ 500 ਰੁਪਇਆ ਇਨਾਮ ਦਾ ਦਿੰਦੇ ਹਾਂ ਸਾਡੀ ਗੇਮ ਚੰਗੀ ਲੱਗੀ ਹੋਵੇ ਤੇ ਫਿਰ ਸ਼ੇਅਰ ਕਰਿਓ ਹੋਰ ਵੀ ਤੇ ਕਦੀ ਕਦੀ ਜਿਹੜਾ ਨਾ ਦੁਨੀਆਦਾਰੀ ਭੁੱਲ ਕੇ ਟੈਨਸ਼ਨਾਂ ਸਾਰੀਆਂ ਕੱਢ ਕੇ ਦਿਮਾਗ ਚੋਂ ਬੱਚਿਆਂ ਨਾਲ ਬੱਚੇ ਬਣ ਕੇ ਤੇ ਗੇਮਾਂ ਸ਼ੇਮਾਂ ਖੇਡਦੇ ਰਿਹਾ ਕਰੋ ਤੁਹਾਨੂੰ ਜ਼ਿਹਨੀ ਸਕੂਨ ਮਿਲੇਗਾ ਇਨਸ਼ਾ ਅੱਲਾਹ ਦੁਬਾਰਾ ਨਵੀਂ ਗੇਮ ਆਏਗੀ ਸਾਡੀ